इस वेले दी वड्डी खबर पातड़ा तो सामने आ रही है जिथे एक भयानक सड़क हादसा वापरिया है। पातड़ा दे नेड़े वापरे हादसे दे विच दो सके भरावां दी मौत हो गई है। पातड़ा चंडीगढ़ रोड दे उत्ते कंबाइन अते एक कार दी टक्कर दरमियान दो सके भरावां दी मौत हुई है, जदों के एक औरत गंभीर रूप दे विच जख्मी भी हुई है। जख्मी औरत नूं पटियाला रैफर कर दिता गया। जानकारी दे अनुसार पातड़ा तो पटियाला वल जा रही एक कंबाइन नंबर HR22L6681 अते सामने तो आ रही स्विफ्ट कार नंबर HR26CK6024 आपस दे विच टकरा गईयां। इत्थे कार बुरी तरह दे नाल नुकसानी गई, उत्थे ही कंबाइन भी सड़क दे विचकार ही पलट गई। इस दा ड्राइवर शिवजी कुमार वासी समूरा बुरी तरह दे नाल जख्मी हो गया, जदों के कार सवार अमरजीत सिंह पुत्र लाल सिंह वासी पातड़ा दी मौके दे उत्ते ही मौत हो गई। कार चालक बसंत सिंह पुत्र लाल सिंह वासी पातड़ा ने यूनीवर्सल अस्पताल दे विच जख्मां दी ताब नाल चलदियां दम तोड़ दिता है। ये दोवें सके भरा सन, जदों के कार दे विचों जख्मी हालत दे विच कढ़ी गई परमजीत कौर पत्नी अमरजीत सिंह पातड़ा दे सरकारी अस्पताल दे विच इलाज दे लई लिजाया गया, जिथों उस नूं पटियाला दे रजिंद्रा अस्पताल दे विच रैफर कर दिता है। इस पूरी घटना दे संबंध दे विच साडे सहयोगी रणदीप सिंह दे नाल गलबात करदे हैं, उन्हां नूं नाल जोड़दे हैं, उन्हां तों पुछदे हैं कि हालात किवें दे ने उत्थे। रणदीप सिंह जी, सति श्री अकाल, बहुत बहुत स्वागत है। जी रणदीप जी, की हालात वापरे जिहड़े उत्थे सड़क हादसा वापरे, क्योंकि बहुत वड्डा हादसा देखण नूं नजर आ रहे। जी बिल्कुल, ਛੇਕਰ ਤੁਹਾਨੂੰ ਦੱਸ ਦਈਏ ਕਿ ਸਵੇਰ ਦੇ ਸਮੇਂ ਇਹ ਜਿਹੜੀ ਹੈ ਮਦਭਾਗੀ ਘਟਨਾ ਵਾਪਰਦੀ ਹੈਗੀ ਹੈ। ਤਾਂ ਪਾਤੜਾ ਤੋਂ ਪਟਿਆਲਾ ਵੱਲ ਨੂੰ ਕੰਬਾਈਨ ਜਿਹੜੀ ਹੈ ਜਾ ਰਹੀ ਸੀ, ਜਿਹਦਾ HR22L6681 ਨੰਬਰ ਸੀਗਾ। ਤਾਂ ਪਰਲੇ ਪਾਸੋਂ ਇੱਕ ਸਵਿਫਟ ਕਾਰ ਜਿਹੜੀ ਹੈਗੀ ਹੈ ਜਿਹਦਾ ਨੰਬਰ HR26CK6024, ਜਿਹੜੀ ਕਿ ਆਮਣੇ ਸਾਹਮਣੇ ਇੰਨੀ ਕੁ ਭਿਆਨਕ ਟੱਕਰ ਹੁੰਦੀ ਹੈ। ਤਾਂ ਤੁਸੀਂ ਤਸਵੀਰਾਂ ਦਾ ਵੀ ਦੇਖ ਹੀ ਸਕਦੇ ਹੋ, ਜਿਹੜੀ ਕੰਬਾਈਨ ਹੈਗੀ ਹੈ ਉਹ ਪਲਟ ਜਾਂਦੀ ਹੈ ਔਰ ਜਿਹੜੀ ਕਾਰ ਹੈਗੀ ਹੈ ਬਿਲਕੁਲ ਚੱਕਣਾ ਚੂਰ ਹੋ ਜਾਂਦੀ ਹੈ ਜੀ। ਤਾਂ ਇਹ ਵੀ ਦੱਸ ਦਵਾਂ ਤੁਹਾਨੂੰ ਸ਼ੇਖਰ ਕਿ ਜਿਹੜਾ ਇਹਦਾ ਡਰਾਈਵਰ ਸੀ ਸ਼ਿਵਾਜੀ ਕੁਮਾਰ ਦੇ ਦਾ ਨਾਮ ਸੀਗਾ ਸ਼ਿਵਜੀ, ਤੇ ਇਹ ਜਿਹੜਾ ਹੈਗਾ ਜ਼ਖਮੀ ਹੋ ਜਾਂਦਾ ਹੈਗਾ। ਤਾਂ ਜਿਹੜਾ ਪਰਲੇ ਪਾਸੇ ਜਿਹੜਾ ਨਾਲੇ ਦੇ ਬੈਠਿਆ ਹੁੰਦਾ ਅਮਰਜੀਤ ਸਿੰਘ ਪੁੱਤਰ ਲਾਲ ਸਿੰਘ, ਤਾਂ ਇਹ ਜਿਹੜਾ ਹੈਗਾ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ, ਜਿਹੜਾ ਇਹ ਬੰਦਾ ਹੁੰਦਾ ਅਮਰਜੀਤ ਸਿੰਘ ਨਾਮ ਜਿਹੜਾ ਸਵਿਫਟ ਕਾਰ ਚਲਾ ਰਿਹਾ ਸੀ। ਜੀ ਜੀ ਬਿਲਕੁਲ, ਨਾ ਸਵਿਫਟ ਕਾਰ ਜਿਹੜਾ ਚਲਾ ਰਿਹਾ ਸੀ ਉਹ ਜ਼ਖਮੀ ਹੋ ਜਾਂਦਾ ਹੈ। ਜਿਹੜਾ ਅਮਰਜੀਤ ਸਿੰਘ ਹੈਗਾ ਬਿਲਕੁਲ ਉਹਦੇ ਨਾਲ ਬੈਠਾ ਹੋਇਆ ਹੈ, ਉਹ ਨਾਲ ਫਰੰਟ ਸੀਟ ਤੇ ਸੀ। ਠੀਕ ਹੈ ਜੀ ਬਿਲਕੁਲ। ਤੇ ਜਿਹੜਾ ਦੂਸਰਾ ਹੈਗਾ ਵੈ ਲਾਲ ਸਿੰਘ, ਤਾਂ ਉਹ ਵੀ ਤੁਹਾਨੂੰ ਦੱਸ ਦਈਏ ਕਿ ਜਿਹੜਾ ਪਿਛਲੀ ਸੀਟ ਤੇ ਬੈਠਾ ਹੁੰਦਾ ਇੱਕ ਮਹਿਲਾ ਦੇ ਨਾਲ, ਤਾਂ ਜਿਹੜੇ ਇਹ ਦੋਨੋਂ ਹੁੰਦੇ ਗੰਭੀਰ ਜੋ ਜ਼ਖਮੀ ਹੁੰਦੇ ਆ, ਤਾਂ ਡਰਾਈਵਰ ਜਿਹਨੇ ਕਿ ਤਿੰਨਾਂ ਨੂੰ ਪਹਿਲਾਂ ਯੂਨੀਵਰਸਲ ਪਾਤੜਾ ਦਾ ਹਸਪਤਾਲ ਦੇ ਵਿੱਚ ਲੈ ਕੇ ਜਾਇਆ ਜਾਂਦਾ ਹੈਗਾ ਜੀ। ਤਾਂ ਜਿਹੜਾ ਹੈਗਾ ਦੂਸਰਾ ਆਪਣਾ ਲਾਲ ਸਿੰਘ, ਜਿਹਦੀ ਮੌਤ ਹੋ ਜਾਂਦੀ ਹੈਗੀ ਹੈ, ਘਬਰਾ ਜਾਂਦਾ ਇੱਕਦਮ ਅਚਾਨਕ, ਜਾਂ ਕਿਸ ਤਰ੍ਹਾਂ ਹੁੰਦਾ ਹੈਗਾ, ਜ਼ੋਰ ਗੁੱਦੀਆਂ ਸੱਟਾਂ ਜ਼ੋਰ ਲੱਗੀਆਂ ਸੀਗੀਆਂ, ਪਰ ਉਹਦੇ ਸਾਹ ਜਿਹੜੇ ਹੈਗੇ ਹਸਪਤਾਲ ਜਿਹੜਾ ਉਹ ਚੱਲ ਰਹੇ ਸੀਗੇ, ਜਿਹੜਾ ਦੂਸਰਾ ਵਿਅਕਤੀ ਹੋਇਆ, ਦੋਨੋਂ ਇਹ ਸਕੇ ਭਰਾ ਨੇ। ਤਾਂ ਇਹ ਵੀ ਦੱਸ ਦਈਏ ਕਿ ਜਿਹੜੀ ਮਹਿਲਾ ਹੈਗੀ ਹੈ, ਤਾਂ ਉਸ ਵੇਲੇ ਜਿਹੜੀ ਹੈਗੀ ਹੈ ਮਹਿਲਾ ਨੂੰ ਯੂਨੀਵਰਸਲ ਦੇ ਹਸਪਤਾਲ ਦੇ ਵਿੱਚ ਦਾਖਲ ਜ਼ਰੂਰ ਕਰ ਲਿੱਤਾ ਜਾਂਦਾ ਹੈਗਾ, ਪਰ ਨਾਲ ਦੀ ਨਾਲ ਹੀ ਕੁਝ ਘੰਟਿਆਂ ਦੇ ਬਾਅਦ ਹੀ ਉਸ ਨੂੰ ਪਟਿਆਲਾ ਦੇ ਇੰਦਰਾ ਹਸਪਤਾਲ ਦੇ ਵਿੱਚ ਜਿਹੜਾ ਹੈਗਾ ਉਹ ਸ਼ਿਫਟ ਕਰ ਦਿੱਤਾ ਜਾਂਦਾ, ਕਿਉਂਕਿ ਉਹਦੇ ਵੀ ਸ਼ੇਖਰ ਤੁਹਾਨੂੰ ਦੱਸ ਦਈਏ ਕਿ ਹਾਲਤ ਜਿਹੜੀ ਆ ਉਹ ਨਾਜ਼ੁਕ ਦੱਸੀ ਜਾ ਰਹੀ ਹੈ। ਅੱਛਾ ਜੀ, ਸੋ ਇੱਕ ਵੱਡਾ ਹਾਦਸਾ ਅਸੀਂ ਦੇਖ ਰਹੇ ਹਾਂ, ਤੇ ਇਹਦਾ ਕਾਰਨ ਕੀ ਲੱਗ ਰਿਹਾ, ਕੀ ਜਾਣਕਾਰੀ ਮਿਲੀ ਉੱਥੋਂ, ਕਾਰ ਜ਼ਿਆਦਾ ਸਪੀਡ ਦੇ ਉੱਤੇ ਸੀ ਜਾਂ ਕੰਬਾਈਨ ਗਲਤ ਤਰੀਕੇ ਨਾਲ ਚੱਲ ਰਹੀ ਸੀ, ਕੀ ਸੀਗਾ? ਜੀ ਬਿਲਕੁਲ ਸ਼ੇਖਰ, ਜਿਹੜੀ ਗੱਲ ਦੇਖੀ ਜਾਵੇ ਲੋਕਾਂ ਦਾ, ਜਿਹੜਾ ਉੱਥੇ ਦਾ ਲੋਕਾਂ ਵੱਲੋਂ ਜਿਹੜੀ ਹੈ ਸੁਣਿਆ ਗਿਆ, ਜਿਨ੍ਹਾਂ ਨੇ ਮੌਕੇ ਤੇ ਦੇਖਿਆ ਹੈਗਾ, ਤਾਂ ਉਹਨਾਂ ਨੇ ਇਹੀ ਦੱਸਿਆ ਕਿ ਜਿਹੜੀ ਕਾਰ ਹੈਗੀ ਆ ਉਹ ਕਾਫੀ ਤੇਜ਼ ਰਫ਼ਤਾਰ ਦੇ ਨਾਲ ਸੀਗੀ, ਤਾਂ ਜਿਹੜੀ ਕੰਬਾਈਨ ਹੈਗੀ ਆ ਉਹ ਪਟਿਆਲੇ ਵੱਲ ਨੂੰ ਜਾ ਰਹੀ ਸੀ, ਤਾਂ ਆਮਣੇ ਸਾਹਮਣੇ ਜਿਹੜੀ ਹੈਗੀ ਇਹ ਭਿਆਨਕ ਟੱਕਰ ਜਿਹੜੀ ਹੈ ਸ਼ੇਖਰ ਹੋ ਜਾਂਦੀ ਹੈ। ਤਾਂ ਉਸ ਸਮੇਂ ਜਿਹੜਾ ਮਾਹੌਲ ਹੈ ਇੰਨਾ ਕੁ ਤਣਾਅਪੂਰਨ ਹੋ ਜਾਂਦਾ, ਚੀਕ ਝਾੜੇ ਜਿਹੜਾ ਲੋਕਾਂ ਨੇ ਜਿਹੜਾ ਉੱਥੇ ਦੱਸਿਆ ਹੈਗਾ ਸਾਨੂੰ ਕਿ ਇੰਨਾ ਕੁ ਮਾਹੌਲ ਖਰਾਬ ਹੋ ਜਾਂਦਾ ਹੈਗਾ, ਖੂਨ ਲਹੂ ਲਹਾਨ ਜਿਹੜਾ ਹੈਗਾ ਉੱਥੇ ਹੋ ਜਾਂਦਾ ਹੈਗਾ। ਤਾਂ ਕਿਉਂਕਿ ਤੁਹਾਨੂੰ ਦੱਸਿਆ ਜਿਹੜਾ ਅਮਰਜੀਤ ਸਿੰਘ ਨਾਮ ਦਾ ਵਿਅਕਤੀ ਆ ਉਹਦੇ ਨਾਲ ਮੌਕੇ ਤੇ ਹੀ ਦਮ ਤੋੜ ਦਿੰਦਾ ਹੈਗਾ ਜੀ, ਤਾਂ ਜਿਹੜਾ ਬੰਦਾ ਕਾਰ ਚਲਾ ਰਿਹਾ ਹੁੰਦਾ ਹੈਗਾ ਤਾਂ ਉਹ ਜਿਹੜਾ ਭਰ ਜ਼ਖਮੀ ਹੋ ਜਾਂਦਾ ਵਾ, ਜਿਸ ਨੂੰ ਯੂਨੀਵਰਸਲ ਹਸਪਤਾਲ ਦੇ ਵਿੱਚ ਪਾਤੜਾਂ ਦੇ ਵਿੱਚ ਦਾਖਲ ਆ ਹਲੇ ਫਿਲਹਾਲ, ਤੇ ਜਿਹੜੀ ਮਹਿਲਾ ਹੈ ਪਰਮਜੀਤ ਕੌਰ ਉਸ ਨੂੰ ਜਿਹੜਾ ਹੈਗਾ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਵਿੱਚ ਦਾਖਲ ਹੈ, ਉਹਦੀ ਵੀ ਹਾਲਤ ਜਿਹੜੀ ਨਾਜ਼ੁਕ ਦੱਸ ਰਹੇ ਹੋ ਤੁਸੀਂ। ਅੱਛਾ, ਇਸ ਤੋਂ ਇਲਾਵਾ ਹੋਰ ਪਰਿਵਾਰਕ ਮੈਂਬਰਾਂ ਤੱਕ ਜਾਣਕਾਰੀ ਪਹੁੰਚ ਪਾਈ ਹੈ ਰਣਦੀਪ? ਬਾਕੀ ਦਿਆਂ ਨੂੰ ਪਤਾ ਲੱਗਿਆ ਪਰਿਵਾਰ ਨੂੰ? ਜੀ ਬਿਲਕੁਲ, ਪਰਿਵਾਰ ਤੱਕ ਜਦੋਂ ਪਹੁੰਚਦੀ ਹੈਗੇ ਸਹਿਮ ਦਾ ਮਾਹੌਲ ਹੈ ਪਿੰਡ ਦੇ ਵਿੱਚ, ਜਿਹੜਾ ਹੈਗਾ ਇਸ ਟਾਈਮ ਪੂਰਾ ਮਾਤਮ ਛਾਇਆ ਹੋਇਆ ਹੈ ਸ਼ੇਖਰ। ਤਾਂ ਬਾਕੀ ਜਿਹੜੀ ਇਹ ਪੁਲਿਸ ਦੀ ਤਫਤੀਸ਼ ਵੀ ਹੈ, ਜਿਹੜੀ ਕਿ ਪੁਲਿਸ ਵੀ ਹੈ ਜਿਹੜੀ ਬਿਆਨ ਦਰਜ ਕਰਵਾਏ ਜਾ ਰਹੇ ਹੈਗੇ ਨੇ ਕਿ ਕਿਸ ਤਰ੍ਹਾਂ ਇਹ ਹਾਦਸਾ ਹੋਇਆ ਹੈਗਾ, ਜਿਹੜਾ ਕੰਬਾਈਨ ਵੀ ਹੈਗੀ ਹੈ ਨਾ ਉਹ ਵੀ ਪਲਟ ਗਈ ਸੀ, ਜਿਹਦਾ ਕਾਫੀ ਨੁਕਸਾਨ ਜਿਹੜਾ ਹੈਗਾ ਹੋਇਆ ਉਸਦਾ ਵੀ, ਔਰ ਜਿਹੜਾ ਕੰਬਾਈਨ ਦਾ ਜਿਹੜਾ ਡਰਾਈਵਰ ਸੀਗਾ ਹਾਲੇ ਉਹਦੇ ਵੀ ਬਿਆਨ ਲਿੱਤੇ ਜਾ ਰਹੇ ਹੈਗੇ ਨੇ, ਜੋ ਹਾਲੇ ਫਿਲਹਾਲ ਦੀ ਘੜੀ ਉਹ ਵੀ ਜਿਹੜਾ ਹੈਗਾ ਦੱਸਿਆ ਕਿ ਸੱਟਾਂ ਉਹਦੇ ਜ਼ਿਆਦਾ ਵੱਜੀਆਂ ਨੇ। ਤਾਂ ਉਹਦੇ ਵੀ ਜਿਹੜਾ ਬਿਆਨ ਪੁਲਿਸ ਦਰਜ ਕਰੇਗੀ,
ਤਾਂ ਉਸ ਤੋਂ ਬਾਅਦ ਹੀ ਜਿਹੜਾ ਇਹ ਨਿਕਲ ਕੇ ਆਊਗਾ ਕਿ ਕਿਹਦੀ ਗਲਤੀ ਸੀ। ਬਾਕੀ ਲੋਕਾਂ ਦੇ ਵੱਲੋਂ ਇਹੀ ਮੰਨਿਆ ਜਾ ਰਿਹਾ ਹੈ ਕਿ ਜੇ ਗੱਡੀ ਹੈਗੀ ਆ ਉਹ ਤੇਜ਼ ਰਫ਼ਤਾਰ ਦੇ ਵਿੱਚ ਜ਼ਿਆਦਾ ਤੇਜ਼ ਰਫ਼ਤਾਰ ਦੇ ਉੱਤੇ ਸੀ ਜੀ। ਸੋ ਬਹੁਤ ਬਹੁਤ ਧੰਨਵਾਦ ਰਣਦੀਪ ਜੀ ਸਾਡੇ ਨਾਲ ਜੁੜਨ ਦੇ ਲਈ ਔਰ ਜਾਣਕਾਰੀ ਦੇਣ ਦੇ ਲਈ, ਬਹੁਤ ਬਹੁਤ ਧੰਨਵਾਦ ਜੀ। ਸੋ ਜਿਸ ਤਰੀਕੇ ਦੇ ਨਾਲ ਅਸੀਂ ਇਹ ਹਾਦਸਾ ਦੇਖ ਰਹੇ ਹਾਂ, ਜੋ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਉਹ ਇਹੀ ਹੈ ਕਿ ਕਾਰ ਜਿਹੜੀ ਹੈ ਉਹ ਕਾਫੀ ਜ਼ਿਆਦਾ ਸਪੀਡ ਦੇ ਉੱਤੇ ਸੀ, ਕੰਬਾਈਨ ਸਾਹਮਣੇ ਤੋਂ ਆ ਰਹੀ ਸੀਗੀ ਔਰ ਆਮਣੇ ਸਾਹਮਣੇ ਤੋਂ ਟੱਕਰ ਹੋਈ ਹੈ। ਤੁਸੀਂ ਇਹ ਦੇਖ ਸਕਦੇ ਹੋ ਕਿ ਹਾਦਸੇ ਦਾ ਅੰਦਾਜ਼ਾ ਤੁਸੀਂ ਜਾਂ ਫਿਰ ਇਹਨਾਂ ਦੀ ਤੇਜ਼ੀ ਦਾ ਅੰਦਾਜ਼ਾ ਵਾਹਨਾਂ ਦੀ ਇਸ ਤੋਂ ਵੀ ਲਗਾ ਸਕਦੇ ਹੋ ਕਿ ਕੰਬਾਈਨ ਜੋ ਕਿ ਐਡੀ ਭਾਰੀ ਹੁੰਦੀ ਹੈ ਅਤੇ ਐਡੀ ਚੌੜਾਈ ਵਾਲੀ ਹੁੰਦੀ ਹੈ ਉਹ ਵੀ ਪਲਟ ਗਈ ਹੈ ਸੜਕ ਦੇ ਉੱਤੇ। ਤਾਂ ਕਿਤੇ ਨਾ ਕਿਤੇ ਅਸੀਂ ਇਸ ਤੋਂ ਇਹ ਅੰਦਾਜ਼ਾ ਲਗਾ ਸਕਦੇ ਕਿ ਕੰਬਾਈਨ ਦੇ ਡਰਾਈਵਰ ਨੇ ਵੀ ਬਚਾਉਣ ਦੀ ਕੋਸ਼ਿਸ਼ ਤਾਂ ਕੀਤੀ ਹੋਏਗੀ, ਪਰ ਇਹ ਜਿਹੜੀ ਟੱਕਰ ਹੈ ਫਿਰ ਵੀ ਹੋ ਗਈ। ਸੋ ਬੜਾ ਹੀ ਮੰਦਭਾਗਾ ਹਾਦਸਾ ਜਿਹੜਾ ਦੇਖਣ ਨੂੰ ਮਿਲ ਰਿਹਾ ਔਰ ਇਹ ਜਿਹੜੀ ਖਬਰ ਹੈ ਇਸ ਨੇ ਜਿੱਥੇ ਪਿੰਡ ਦੇ ਪਾਤੜਾਂ ਦੇ ਵਿੱਚ ਜਦੋਂ ਇਹ ਖਬਰ ਪਹੁੰਚੀ ਸੋ ਇੱਕ ਤਰੀਕੇ ਦੇ ਨਾਲ ਪੂਰਾ ਪਰਿਵਾਰ ਹੀ ਜਿਹੜਾ ਹੈਗਾ ਵਿੱਚ ਸੀਗਾ, ਦੋਨੇ ਭਰਾ ਸਕੇ ਭਰਾ ਜਿਹੜੇ ਨੇ ਉਹਨਾਂ ਦੀ ਮੌਤ ਹੋ ਗਈ ਹੈ ਇਸ ਹਾਦਸੇ ਦੇ ਵਿੱਚ। ਅਤੇ ਹੁਣ ਜਿਹੜੀ ਪਤਨੀ ਹੈ ਉਹ ਜਿਹੜੀ ਇੱਕ ਔਰਤ ਹੈ ਉਹ ਵੀ ਇਸ ਹਾਲਾਤਾਂ ਦੇ ਵਿੱਚ ਹੈ ਕਿ ਉਸਦੀ ਹਾਲਤ ਵੀ ਜਿਹੜੀ ਹੈ ਨਾਜ਼ੁਕ ਦੱਸੀ ਜਾ ਰਹੀ ਹੈ। ਫਿਲਹਾਲ ਇਸ ਮਾਮਲੇ ਬਾਰੇ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਤੇਜ਼ ਰਫ਼ਤਾਰੀ ਕਰਕੇ ਹਾਦਸਾ ਵਾਪਰਿਆ, ਪਰ ਪੁਲਿਸ ਵੀ ਇਸ ਮਾਮਲੇ ਦੇ ਵਿੱਚ ਜਾਣਕਾਰੀ ਇਕੱਠੀ ਕਰ ਰਹੀ ਹੈ। ਜੋ ਕੰਬਾਈਨ ਦੇ ਡਰਾਈਵਰ ਹੈ ਉਸ ਤੋਂ ਵੀ ਬਿਆਨ ਲਏ ਜਾ ਰਹੇ ਨੇ ਅਤੇ ਉਸ ਤੋਂ ਇਲਾਵਾ ਜਿਹੜੀ ਜ਼ਖਮੀ ਔਰਤ ਹੈ ਉਸਦੇ ਨਾਲ ਵੀ ਗੱਲਬਾਤ ਕੀਤੀ ਜਾਏਗੀ। ਫਿਲਹਾਲ ਪਟਿਆਲਾ ਦੇ ਰਜਿੰਦਰਾ ਹਸਪੀਟਲ ਦੇ ਵਿੱਚ ਉਸਨੂੰ ਰੈਫਰ ਕਰ ਦਿੱਤਾ ਗਿਆ। ਤਸਵੀਰਾਂ ਤੁਹਾਡੇ ਸਾਹਮਣੇ ਨੇ ਜੋ ਬਿਆਨ ਕਰਦੀਆਂ ਨੇ ਕਿ ਕਿਸ ਤਰੀਕੇ ਦਾ ਜਾਂ ਕਿੰਨਾ ਖਤਰਨਾਕ ਜਿਹੜਾ ਇਹ ਸੜਕ ਹਾਦਸਾ ਵਾਪਰਿਆ। ਸੋ ਕਿਤੇ ਨਾ ਕਿਤੇ ਅਜਿਹੇ ਜਦੋਂ ਹਾਦਸੇ ਵਾਪਰਦੇ ਨੇ ਤਾਂ ਸਾਨੂੰ ਇਸ ਗੱਲ ਨੂੰ ਵੀ ਸਮਝਣਾ ਚਾਹੀਦਾ ਕਿ ਤੇਜ਼ ਰਫ਼ਤਾਰੀ ਤੋਂ ਗੁਰੇਜ਼ ਕਰਿਆ ਜਾਵੇ, ਕਿਉਂਕਿ ਜਿਹੜੀਆਂ ਸੜਕਾਂ ਸਿੰਗਲ ਸੜਕਾਂ ਨੇ ਉੱਥੇ ਅਜਿਹੇ ਹਾਦਸੇ ਆਮ ਤੌਰ ਦੇ ਉੱਤੇ ਦੇਖਣ ਨੂੰ ਮਿਲਦੇ ਨੇ। ਹਾਲਾਂਕਿ ਹੁਣ ਤਾਂ ਮੌਸਮ ਵੀ ਸਾਫ਼ ਹੈ, ਇਸ ਸਾਫ਼ ਮੌਸਮ ਦੇ ਵਿੱਚ ਵਿਜ਼ੀਬਿਲਿਟੀ ਦੀ ਕੋਈ ਦਿੱਕਤ ਨਹੀਂ ਹੁੰਦੀ, ਪਰ ਫਿਰ ਵੀ ਅੱਜ ਸਵੇਰੇ ਇਹ ਜਿਹੜਾ ਹਾਦਸਾ ਵਾਪਰਿਆ। ਸੋ ਪਟਿਆਲਾ ਤੋਂ ਰਣਦੀਪ ਸਿੰਘ ਦੀ ਰਿਪੋਰਟ, ਹਮਦਰਦ ਟੀਵੀ।